ਪੂਰੀ ਤਰ੍ਹਾਂ ਨਾਲ ਮੇਰਾ ਅੱਡਾ ਹੁਣ ਉੱਥੇ ਲਹਿਰੇਗਾ ਕੇ ਜੰਮ ਕੇ ਹੋਇਆ ਵਾ। ਪਿਛਲੀ ਵਾਰ ਸਾਨੂੰ ਸਰਸਾ ਵਾਲੇ ਦਾ ਧੋਖਾ ਹੋ ਗਿਆ ਸੀ, ਕਿਸੇ ਰਿਕਾਰਡ ਕੰਮ ਕਰ ਜਾਂਦੇ। ਪਰਮਿੰਦਰ ਸਿੰਘ ਢੀਂਡਸਾ ਆਪਣੇ ਬਾਪੂ ਜੀ ਨੂੰ ਨਾਲ ਤੋਰ ਲਵੇ ਅਤੇ ਉਸ ਤੋਂ ਬਾਅਦ ਫਿਰ ਦੂਜੇ ਲੋਕਾਂ ਦੇ ਨਾਲ ਤਾਂ ਤੁਰਨਗੇ। ਬੀਬੀ ਜੀ ਲਹਿਰੇ ਹਲਕੇ ਦੇ ਲੋਕਾਂ ਦੀ ਪੂਰੀ ਸਮਰਥਨ ਦਿਵਾ ਰਹੇ ਹੋ ਕੇਵਲ ਸਿੰਘ ਢਿਲੋਂ? ਪੂਰੀ ਤਰ੍ਹਾਂ ਨਾਲ ਮੇਰਾ ਅੱਡਾ ਹੁਣ ਉੱਥੇ ਲਹਿਰੇਗਾ ਕੇ ਜੰਮ ਕੇ ਹੋਇਆ ਵਾ। ਅਸੀਂ ਪਿਛਲੀ ਵਾਰ ਸਾਨੂੰ ਸਰਸਾ ਵਾਲੇ ਦਾ ਧੋਖਾ ਹੋ ਗਿਆ ਸੀ, ਕਿਸੇ ਰਿਕਾਰਡ ਕੰਮ ਕਰ ਦਿਆਂਗੇ। ਕੀ ਲੱਗਦਾ ਸਰਸਾ ਫੈਕਟਰ ਦੁਆਰਾ ਆ ਸਕਦਾ ਵੋਟਾਂ ਦੇ ਵਿੱਚ? ਮੇਰਾ ਨਹੀਂ ਖਿਆਲ ਕਿ ਸਰਸਾ ਫੈਕਟਰ ਆ ਸਕਦਾ ਹੈਗਾ ਸਾਨੂੰ, ਕਿਉਂਕਿ ਸਾਰੇ ਆਪੋ ਆਪਣੇ ਸਾਹਮਣੇ ਵੱਖਰੇ ਹੋਏ ਹੈ। ਉਹਨਾਂ ਨੇ ਬੀਜੇਪੀ ਨੇ ਜੋ ਉਹਨਾਂ ਨਾਲ ਕੀਤੀ ਹੈ ਜਾਣਦੇ ਆ, ਉਹ ਅਕਾਲੀਆਂ ਦੇ ਕੀਤੇ ਜਾਣਦੇ ਆ ਉਹ। ਸੋ ਅਸੀਂ ਸੈਕੂਲਰ ਆ, ਸਭ ਤੋਂ ਵੋਟ ਮੰਗਦੇ ਹਾਂ, ਇਕੱਲੇ ਸਰਸਾ ਵਾਲੇ ਨਹੀਂ ਸਾਰਿਆਂ ਤੋਂ ਵੋਟ ਮੰਗਦੇ ਹਾਂ। ਪਰਮਿੰਦਰ ਸਿੰਘ ਢੀਂਡਸਾ ਲਈ ਕੋਈ ਸੁਨੇਹਾ, ਕਿਉਂਕਿ ਤੁਹਾਡੇ ਹਲਕੇ ਦੇ MLA ਨੇ ਉਹ? ਮੈਂ ਤਾਂ ਇਹ ਕਹਿੰਦੀ ਹਾਂ ਕਿ ਇਕੱਲੀ ਆਪਣੇ ਆਪਣੇ ਪਰਿਵਾਰ 'ਚ ਹੀ ਨਾ ਰਹਿਣ, ਸਭ ਤੋਂ ਪਹਿਲਾਂ ਪਰਮਿੰਦਰ ਸਿੰਘ ਢੀਂਡਸਾ ਆਪਣੇ ਬਾਪੂ ਜੀ ਨੂੰ ਨਾਲ ਤੋਰ ਲਵੇ ਅਤੇ ਉਸ ਤੋਂ ਬਾਅਦ ਫਿਰ ਦੂਜੇ ਲੋਕਾਂ ਦੇ ਨਾਲ ਤਾਂ ਤੁਰਨਗੇ ਜਦੋਂ ਪਿਤਾ ਜੀ ਨਾਲ, ਜੇ ਬਾਪ ਹੀ ਨਾਲ ਤੁਰਦਾ ਹੋਰ ਕੌਣ ਤੁਰੂਗਾ ਨਾਲ। ਧੰਨਵਾਦ। ਇਹਨੇ ਬੀਬੀ ਪੱਠਲ ਜਿਹੜੇ ਕਹਿ ਰਹੇ ਨੇ ਕਿ ਪਰਮਿੰਦਰ ਸਿੰਘ ਢੀਂਡਸਾ ਪਹਿਲਾਂ ਆਪਣੇ ਪਰਿਵਾਰ ਨੂੰ ਇਕੱਠਾ ਕਰਨ, ਫਿਰ ਹੀ ਸੰਗਰੂਰ ਹਲਕੇ ਦੇ ਲੋਕ ਉਹਨਾਂ ਦੇ ਨਾਲ ਇਕੱਠੇ ਹੋਣਗੇ, ਪਹਿਲਾਂ ਪਰਿਵਾਰ 'ਤੇ ਧਿਆਨ ਦੇਣ, ਅਤੇ ਕਹਿ ਰਹੇ ਨੇ ਕਿ ਮੈਂ ਇੱਥੇ ਡੇਰੇ ਲਾ ਲਏ ਲਹਿਰਾ ਗਾਗਾ, ਮੈਂ ਇੱਥੇ ਰਹੂੰਗੀ ਅਤੇ ਕੇਵਲ ਸਿੰਘ ਢਿੱਲੋਂ ਲਈ ਮੈਂ ਹੁੰਮ ਹੁਮਾ ਕੇ ਸਾਰੇ ਕਿਤੇ ਪ੍ਰਚਾਰ ਕਰਨ ਲਈ ਜਾਊਂਗੀ। ਕੈਮਰਾਮੈਨ ਉਮਾ ਯਾਦਵ ਦੇ ਨਾਲ ਸਪਨ ਦਈਆ, ਦੈਨਿਕ ਸਵੇਰਾ TV, ਸੰਗਰੂਰ।